ਆਹ ਹੋਪ نیوز ਦੇ ਸ਼ਾਨ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਮਾਲਿਕ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਜਲਦ ਹੀ ਜੇਲ੍ਹ ਚੋਂ ਰਿਹਾ ਹੋਣਗੇ ਜੇਲ੍ਹ ਚੋਂ ਬਾਹਰ ਆਉਣਗੇ ਅਮਰਤਪਾਲ ਸਿੰਘ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਹੁਣ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਬਿੱਤੇ ਦਿਨਾਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਦੇ ਵੱਲੋਂ ਵੀ ਵੱਡੇ ਸਵਾਲ ਖੜੇ ਕੀਤੇ ਸੀ ਕੁਝ ਮੰਗਾ ਸੀ ਹਾਲਾਂਕਿ ਉਹ ਮੰਗਾ ਮੰਨ ਵੀ ਲਈਆਂ ਗਈਆਂ ਸੀ ਕਿਉਂਕਿ ਸਭ ਤੋਂ ਵੱਡੀ ਮੰਗ ਸੀ ਕਿ ਉਹਨਾਂ ਨੂੰ ਜਿਹੜੇ ਪੰਜਾਬ ਤੋਂ ਦਿਬੜੂਗੜ ਜੇਲ੍ਹ ਦੇ ਵਿੱਚ ਲੈ ਜਾਂਦੇ ਗਏ ਨੇ ਤਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਘਰਦਿਆਂ ਨਾਲ ਗੱਲਬਾਤ ਕਰਨ ਦੇ ਲਈ ਫੋਨ ਦੇ ਉੱਤੇ ਗੱਲਬਾਤ ਕਰਨ ਦੀ ਇੱਕ ਵਾਰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਨਾਲ ਹੀ ਖਾਣੇ ਨੂੰ ਲੈ ਕੇ ਵੀ ਵੱਡੇ ਸਵਾਲ ਸੀ ਨਾਲ ਹੀ ਭਾਸ਼ਾ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਸੀ ਕਿਰਨਦੀਪ ਕੌਰ ਦੇ ਵੱਲੋਂ ਤਾਂ ਉਹ ਮੰਗਾ ਸੀ ਉਹ ਮੰਗਾ ਜਿਹੜੀਆਂ ਪ੍ਰਵਾਨ ਵੇਸ਼ਕ ਹੋ ਚੁੱਕੀਆਂ ਹਫਤੇ ਦੇ ਵਿੱਚ ਇੱਕ ਵਾਰ ਫੋਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਆ ਪਰ ਇਸ ਵਿਚਾਲੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਅਮਰਤਪਾਲ ਸਿੰਘ ਜਲਦ ਹੀ ਜੇਲ੍ਹ ਚੋਂ ਰਿਹਾ ਹੋਣਗੇ ਕਿਉਂਕਿ ਸਰਕਾਰ ਕੋਰਟ ਦੇ ਵਿੱਚ ਜੋ ਅਮਰਤਪਾਲ ਸਿੰਘ ਦੇ ਉੱਤੇ ਦੋਸ਼ ਲਗਾਏ ਗਏ ਨੇ ਉਹ ਦੋਸ਼ ਸਾਬਤ ਨਹੀਂ ਕਰ ਸਕੀ ਜਿਸ ਕਰਕੇ ਹੁਣ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਇਹ ਖਬਰ ਸਾਹਮਣੇ ਆ ਰਹੀ ਆ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਜਾਣਗੇ ਦੱਸ ਦिए ਕੀ ਫਾਜ਼ਿਲਕਾ ਦੇ ਵਿੱਚ ਥਾਣਾ ਘੇਰਿਆ ਗਿਆ ਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਅਮਰਤਪਾਲ ਦੇ ਉੱਤੇ ਪਰਚੇ ਦਰਜ ਕੀਤੇ ਗਏ ਸੀ ਉਸ ਤੋਂ ਬਾਅਦ ਤਕਰੀਬਨ 35 ਦਿਨ ਤੱਕ ਅਮਰਤਪਾਲ ਸਿੰਘ ਦੀ ਭਾਲ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਕਿਉਂਕਿ ਅਮਰਤਪਾਲ ਦੀ ਗੱਲ ਕਰੀਏ ਅਮਰਤਪਾਲ ਜਿਹੜੇ ਨੇ ਖਾਲਸਥਾਨੀ ਪੱਖੀ ਨੇ ਇਸ ਕਰਕੇ ਉਹ ਕਹਿ ਰਹੇ ਸੀ ਭਗਵੰਤ ਮਾਨ ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰੀਕੇ ਦੀ ਕੋਈ ਵੀ ਹਵਾ ਨਹੀਂ ਆਉਣ ਦੇਣੀ ਪੰਜਾਬ ਦੇ ਵਿੱਚ ਜੋ ਵੀ ਜੋ ਵੀ ਪੰਜਾਬ ਨੂੰ ਨੁਕਸਾਨ ਪਹਚਾਵੇਗਾ ਉਸ ਦੇ ਉੱਤੇ ਵੱਡੇ ਕਾਰਵਾਈ ਕੀਤੀ ਜਾਵੇਗੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਕਾਬੂ ਕੀਤਾ ਗਿਆ ਆਪਰੇਸ਼ਨ ਅਮਰਤਪਾਲ ਚਲਾਇਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀਆਂ ਵੀ ਕੀਤੀਆਂ ਗਈਆਂ ਇਨਾ ਛਾਪੇ ਮਾਰੀਆਂ ਤੋਂ ਬਾਅਦ ਇਹ ਚਰਚਾਵਾ ਵੀ ਤੇਜ਼ ਹੋ ਗਈ ਸੀ ਕਿ ਅਮਰਤਪਾਲ ਗ੍ਰਿਫਤਾਰ ਹੋ ਚੁੱਕਿਆ ਪੁਲਿਸ ਦੇ ਹਵਾਲੇ ਆ ਜਾਂ ਫਿਰ ਅੰਡਰਗਰਾਉਂਡ ਹੋ ਗਿਆ ਪਰ ਅਮਰਤਪਾਲ ਨੇ ਇੱਕ ਵੀਡੀਓ ਪਾਈ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਂ ਪੁਲਿਸ ਦੇ ਕੰਜੇ ਦੇ ਵਿੱਚ ਨਹੀਂ ਆ ਮੈਂ ਬਿਲਕੁਲ ਠੀਕ ਆ ਜਲਦ ਹੀ ਮਿਲਾਂਗੇ ਤਾਂ ਅਮਰਤਪਾਲ ਨੇ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਦੇ ਸਾਥੀਆਂ ਨੂੰ ਭਰੋਸਾ ਮਿਲ ਗਿਆ ਕਿਉਂਕਿ ਚਰਚਾਵਾ ਇਹ ਸੀ ਕਿ ਪੁਲਿਸ ਨੇ ਅਮਰਤਪਾਲ ਨੂੰ ਗ੍ਰਿਫਤਾਰ ਕਰ ਲਿਆ ਜਾਂ ਫਿਰ ਉਸ ਨੂੰ ਕਿਸੇ ਸਾਈਡ ਕਰ ਦਿੱਤਾ ਇਸ ਕਰਕੇ ਅਮਰਤਪਾਲ ਨੇ ਵੀਡੀਓ ਪਾਈ ਕੁਝ ਦਿਨਾਂ ਬਾਅਦ ਫਿਰ ਇੱਕ ਵੀਡੀਓ ਪਾਈ ਆ ਕਿ ਮੈਂ ਬਿਲਕੁਲ ਠੀਕ ਠਾਕ ਆ ਪਰ ਥੋੜੇ ਦਿਨਾਂ ਬਾਅਦ ਹੀ ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਂਦੀ ਆ ਗ੍ਰਿਫਤਾਰ ਹੁੰਦਾ ਅਮਰਤਪਾਲ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇਸ ਦੀ ਪੁਸ਼ਟੀ ਕਰ ਦਿੰਦੀ ਆ ਕਿ ਅਮਰਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰਤਪਾਲ ਦੇ ਨਾਲ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਕਲਸੀ ਤੇ ਹੋਰ ਕਈ ਸਾਥੀ ਜਿਹੜੇ ਨੇ ਕਈ ਨਿਹੰਗ ਸਿੰਘ ਵੀ ਗ੍ਰਿਫਤਾਰ ਕੀਤੇ ਸੀ ਤਾਂ ਅਮਰਤ ਪਾਲ ਦੇ ਸਣੇ ਉਹ ਸਾਥੀ ਸਾਰੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਅਮਰਤਪਾਲ ਜਲਦ ਹੀ ਜੇਲ੍ਹ ਚੋਂ ਬਾਹਰ ਆਉਣਗੇ ਅਮਰਤਪਾਲ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਗਿਆ ਬ੍ਰਿਟਿਸ਼ ਦੇ ਟਾਈਮ ਬ੍ਰਿਟਿਸ਼ ਜਦੋਂ ਭਾਰਤ ਦੇ ਉੱਤੇ ਹਕੂਮਤ ਕਰਦੇ ਸੀ ਤਾਂ ਉਸ ਵੇਲੇ ਇਹ ਐਕਟ ਲਗਾਇਆ ਜਾਂਦਾ ਸੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵਿਅਕਤੀ ਜੋ ਕੋਈ ਹੁੰਦਾ ਤਾਂ ਉਸ ਦੇ ਉੱਤੇ ਇਹ ਐਕਟ ਲਗਾ ਦਿੱਤਾ ਜਾਂਦਾ ਸੀ ਇੱਕ ਸਾਲ ਤੱਕ ਇਸ ਦੀ ਜ਼ਮਾਨਤ ਤੱਕ ਵੀ ਨਹੀਂ ਲਗਾਈ ਜਾਂਦੀ ਇੱਕ ਸਾਲ ਤੱਕ ਕੋਰਟ ਕਹਿੰਦਾ ਕਿ ਇਸ ਦੀ ਤੁਸੀਂ ਜ਼ਮਾਨਤ ਲਗਾਓਗੇ ਬੇਸ਼ੱਕ ਲਗਾਓ ਤਾਂ ਇਸ ਦੀ ਪਰਮਿਸ਼ਨ ਯਾਨੀ ਕਿ ਕਹਿ ਸਕਦੇ ਆ ਕਿ ਜ਼ਮਾਨਤ ਨਹੀਂ ਦਿੱਤੀ ਜਾਂਦੀ ਤਾਂ ਇੱਕ ਸਾਲ ਤੱਕ ਇਸ ਦੀ ਜ਼ਮਾਨਤ ਵੀ ਨਹੀਂ ਲੱਗਦੀ ਤਾਂ ਇਹ ਐਕਟ ਜਿਹੜਾ ਅਮਰਤਪਾਲ ਦੇ ਉੱਤੇ ਲਗਾਇਆ ਗਿਆ ਸੀ ਤਾਂ ਹੁਣ ਉਸ ਦੇ ਸਾਥੀਆਂ ਦੇ ਉੱਤੇ ਵੀ ਐਕਟ ਲਗਾਇਆ ਗਿਆ ਸੀ ਹਾਲਾਂਕਿ ਇਸ ਸੈਕਟਰ ਨੂੰ ਲੈ ਕੇ ਕਈ ਸਿਆਸਤਦਾਨਾਂ ਨੇ ਸਵਾਲ ਵੀ ਚੁੱਕੇ ਸੀ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਐਕਟ ਕਿਉਂ ਲਗਾਇਆ ਜਾ ਰਿਹਾ ਕਿਉਂਕਿ ਜੋ ਘਟਨਾ ਹੋਈ ਸੀ ਫਾਜ਼ਿਲਕਾ ਕਾਂਡ ਜਿਹੜਾ ਹੋਇਆ ਸੀ ਫਾਜ਼ਿਲਕਾ ਦੇ ਵਿੱਚ ਜਦੋਂ ਥਾਣੇ ਦੇ ਉੱਤੇ ਘਰੋ ਕੀਤਾ ਗਿਆ ਸੀ ਥਾਣੇ ਦਾ ਅਮਰਤਪਾਲ ਸਿੰਘ ਆਪਣੇ ਸਾਥੀਆਂ ਨੂੰ ਛਡਵਾਉਣ ਦੇ ਲਈ ਉੱਥੇ ਜਾਂਦੇ ਨੇ ਥਾਣੇ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਂਦੇ ਨੇ ਆਪਣੇ ਸਾਥੀਆਂ ਨੂੰ ਛਡਵਾ ਕੇ ਪੁਲਿਸ ਦੀ ਗ੍ਰਿਫਤ ਤੋਂ ਛਡਵਾ ਕੇ ਲਿਆਉਂਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ یوں ਲੱਗਿਆ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਜਾਵੇ ਜਿਸ ਕਰਕੇ ਅਮਰਤਪਾਲ ਆਪਰੇਸ਼ਨ ਅਮਰਤਪਾਲ ਚਲਾਇਆ ਗਿਆ ਅਮਰਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰਤਪਾਲ ਨੂੰ ਗ੍ਰਿਫਤਾਰੀ ਤੋਂ ਬਾਅਦ ਹਾਲਾਂਕਿ ਨਿਹੰਗ ਜਥੇਬੰਦੀਆਂ ਦੇ ਵੱਲੋਂ ਕਾਫੀ ਰੋਸ ਪ੍ਰਗਟ ਕੀਤਾ ਗਿਆ ਸੀ ਮੋਹਾਲੀ ਦੇ ਗੁਰਦੁਆਰਾ ਸੁਹਾਣਾ ਸਾਹਿਬ ਦੇ ਬਾਹਰ ਵੀ ਧਰਨਾ ਮਜਾਹਰਾ ਹੋਇਆ ਸੀ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਸੀ ਕਿਉਂਕਿ ਮੋਹਾਲੀ ਦੇ ਵਿੱਚ ਹੀ ਜਿਹੜਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੇ ਇਨਸਾਫ ਦਾ ਮੋਰਚਾ ਬੰਦੀ ਸਿੰਘਾਂ ਨੂੰ ਛਡਵਾਉਣ ਦੇ ਲਈ ਇਨਸਾਫ ਮੋਰਚਾ ਜਿਹੜਾ ਲਗਾਇਆ ਜਾ ਰਿਹਾ ਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਉਸ ਮੋਰਚੇ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ ਅਮਰਤਪਾਲ ਨੇ ਤਾਂ ਉਹ ਮੋਰਚਾ ਹੌਲੀ-ਹੌਲੀ ਦਿਨ-ਬ-ਦਿਨ ਵੱਧਦਾ ਜਾ ਰਿਹਾ ਸੀ ਤਾਂ ਉਸ ਮੋਰਚੇ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ ਕਹਿਣ ਦਾ ਭਾ ਮੋਰਚਾ ਬੇਸ਼ੱਕ ਹਾਲੇ ਵੀ ਚੱਲ ਰਿਹਾ ਪਰ ਉੱਥੇ ਇੱਕੋ ਦੁੱਕੇ ਹੀ ਜਿਹੜੇ ਨੇ ਨਿਹੰਗ ਸਿੰਘ ਬੈਠੇ ਨੇ ਕੁਝ ਹੀ ਨਿਹੰਗ ਸਿੰਘ ਉੱਥੇ ਬੈਠੇ ਨੇ ਅਮਰਤਪਾਲ ਦੇ ਸਾਥੀ ਨੇ ਕਿਉਂਕਿ ਜਦੋਂ ਆਪਾਂ ਕਹਿੰਦੇ ਇੱਕ ਮੁਖੀ ਆ ਉਸ ਨੂੰ ਮੁਖੀ ਮੰਨਦੇ ਸੀ ਸਾਰੇ ਅਮਰਤਪਾਲ ਸਿੰਘ ਨੂੰ ਅਮਰਤਪਾਲ ਸਿੰਘ ਦੇ ਪਿੱਛੇ ਸਾਰੇ ਲੱਗੇ ਸੀ ਜੋ ਅਮਰਤਪਾਲ ਸਿੰਘ ਕਾਲ ਦਿੰਦਾ ਸੀ ਉਸ ਕਾਲ ਨੂੰ ਸਵੀਕਾਰ ਕਰਦੇ ਸੀ ਤਾਂ ਇਸ ਤੋਂ ਬਾਅਦ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਬਾਕੀ ਸਾਰਿਆਂ ਨੂੰ ਵੀ ਢਾਹ ਲੱਗੀ ਆ ਬਾਕੀ ਸਾਰੇ ਜਿਹੜੇ ਧਰਨੇ ਸੀ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਸ ਮੋਰਚਿਆਂ ਨੂੰ ਵੀ ਢਾਹ ਲੱਗੀ ਆ ਤਾਂ ਉਸ ਮੋਰਚੇ ਨੂੰ ਵੀ ਤਾਰ ਪਿੱਡੋ ਕਰ ਦਿੱਤਾ ਸਰਕਾਰਾਂ ਦੇ ਵੱਲੋਂ ਤਾ ਹੁਣ ਅਮਰਤਪਾਲ ਸਿੰਘ ਰਿਹਾਅ ਹੋ ਸਕਦੇ ਨੇ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਰਿਹਾਈ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਆ ਪਰ ਦੇਖਣ ਵਾਲੀ ਗੱਲ ਹੈ ਕਿ ਉਸ ਦੇ ਸਾਥੀ ਵੀ ਰਿਹਾ ਹੋਣਗੇ ਜਾਂ ਰਿਹਾਅ ਹੋਣ ਤੋਂ ਬਾਅਦ ਵੀ ਅਮਰਤਪਾਲ ਦੀਆਂ ਮੁਸ਼ਕਿਲਾਂ ਘਟਦੀਆਂ ਨੇ ਜਾਂ ਫਿਰ ਹੋਰ ਵੱਧਦੀਆਂ ਨੇ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਲਗਾਤਾਰ ਜੁੜੇ ਰਹੋ